ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕ ਅਤੇ ਪੇਟੀ ਨੁਮਾ ਚੀਜ਼ ਨੂੰ ਖਿੱਚ ਕੇ ਲਿਆ ਰਹੇ ਬੰਦਿਆਂ ਦੀਆਂ ਇਹ ਤਸਵੀਰਾਂ ਗਿੱਦੜਬਾਹਾ ਦੇ ਪਿੰਡ ਸਾਹਿਬ ਚੰਦ ਦੀਆਂ ਨੇ ਅਤੇ ਜਿਸ ਪੇਟੀ ਨੁਮਾ ਚੀਜ਼ ਨੂੰ ਇਹ ਬੰਦੇ ਖਿੱਚ ਕੇ ਘਰ ਤੋਂ ਬਾਹਰ ਕੱਢ ਰਹੇ ਨੇ ਇਹ ਲਾਸ਼ ਨੂੰ ਖਰਾਬ ਹੋਣ ਤੋਂ ਬਚਾਉਣ ਵਾਲੀ ਫਰਿੱਜ ਹੈ ਅਤੇ ਇਸ ਵਿੱਚ ਪਿੰਡ ਦੀ ਰਹਿਣ ਵਾਲੀ ਵਿਆਹੁਤਾ ਸੁਖਪ੍ਰੀਤ ਕੌਰ ਦੀ ਲਾਸ਼ ਪਈ ਹੈ। ਜਾਣਕਾਰੀ ਮੁਤਾਬਕ ਪਿੰਡ ਦੇ ਗੁਰਮੀਤ ਸਿੰਘ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਕਲੇਸ਼ ਚੱਲਦਾ ਰਹਿੰਦਾ ਸੀ, ਜਿਸ ਕਾਰਨ ਉਸਨੇ ਆਪਣੀ ਪਤਨੀ ਦਾ ਕਹੀ ਨਾਲ ਗਲ ਵੱਢ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੇ ਭਰਾ ਨੇ ਪੁਲਿਸ ਨੂੰ ਮੁਲਜ਼ਮ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ। ਲਖਵਿੰਦਰ ਸਿੰਘ ਮੇਰੀ ਸਿਸਟਰ ਲੱਗਦੀ ਸੀ, ਕਹਾਣੀ ਦਾ ਕੋਈ ਪਤਾ ਨਹੀਂ ਲੱਗਿਆ ਜੀ। ਕਿਹੜੇ ਪਿੰਡ ਦਾ ਵਾਕਿਆ? ਇਹ ਸਾਹਿਬ ਚੰਦ ਦਾ ਵਾਕਿਆ, ਪਿੰਡ ਮੇਰਾ ਕੌਣੀ ਹੈ ਜੀ। ਕਿੰਨੇ ਕੁ ਵਜੇ ਦੀ ਘਟਨਾ ਹੈ? ਇਹ ਹੋਈ 11:30 ਦੇ ਤਕਰੀਬਨ। ਅਤੇ ਮੁਜਰਮ ਨੂੰ ਫੜ ਲਿਆ ਕਿ ਫਰਾਰ ਹੈ? ਮੁਜਰਮ ਫਰਾਰ ਆ ਗਿਆ ਜੀ। ਅਤੇ ਕਿੰਨੇ ਬੱਚੇ ਇਹਦੇ? 3 ਆ ਜੀ। ਕੋਈ ਵਿਆਹ? ਨਹੀਂ ਜੀ। ਕਿੰਨੀ ਕਿੰਨੀ ਉਮਰ ਹੈ? ਐਸਟੀਮੇਟ ਕੋਈ 1-22 ਸਾਲ ਦਾ, 1-18 ਸਾਲ ਦਾ ਅਤੇ 1-15 ਸਾਲ ਦਾ, 16 ਸਾਲ ਦਾ ਇੱਥੇ, 15-16 ਦੇ ਵਿਚਕਾਰ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ? ਸਾਨੂੰ ਇਨਸਾਫ਼ ਚਾਹੀਦਾ ਜੀ ਪ੍ਰਸ਼ਾਸਨ ਤੋਂ। ਉੱਧਰ ਮੌਕੇ 'ਤੇ ਪਹੁੰਚੇ ਪੁਲਿਸ ਦੇ ਜਾਂਚ ਅਧਿਕਾਰੀ ਮੁਤਾਬਕ ਗੁਰਮੀਤ ਸਿੰਘ ਆਪਣੀ ਪਤਨੀ 'ਤੇ ਸ਼ੱਕ ਕਰਦਾ ਸੀ, ਜਿਸ ਕਰਕੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮੁਲਜ਼ਮ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਬਿਆਨ ਲਿਖਾਇਆ ਵੀ ਉਹਦੀ ਲੜਕੀ ਜਿਹੜੀ ਸੁਖਪ੍ਰੀਤ ਕੌਰ ਸੀ ਇੱਥੇ ਹਰਸਾਪ੍ਰੀਤ 24 ਸਾਲ ਤੋਂ ਗੁਰਮੀਤ ਸਿੰਘ ਨਾਲ ਸ਼ਾਦੀਸ਼ੁਦਾ ਸੀ ਅਤੇ ਇਹਦਾ ਅੱਜ ਗੁਰਮੀਤ ਸਿੰਘ ਨੇ ਕਤਲ ਕਰ ਦਿੱਤਾ। ਇਹ ਕਾਰਵਾਈ ਕਰ ਰਹੇ ਹਾਂ। ਸਰ ਜਿਹੜੀ ਮਰਨ ਵਾਲੀ ਉਹਦੀ ਉਮਰ ਕਿੰਨੀ ਕੁ ਹੈ? 45 ਸਾਲ ਕਰੀਬ ਹੈ। ਸਰ ਕੀ ਬੱਚੇ ਜੀ ਇਹਨਾਂ ਦੇ? 3 ਲੜਕੇ ਹੈ ਮਰਨ ਵਾਲੀ ਦੇ। ਕੋਈ ਸ਼ੱਕ ਹੀ ਕਰਦਾ ਸੀ ਉੱਤੇ, ਕਹਿੰਦੇ ਕੋਈ ਸ਼ੱਕ ਕਰਦਾ ਸੀ, ਲੜਾਈ ਝਗੜਾ ਕਰਦਾ ਰਹਿੰਦਾ ਸੀ। ਕੀ ਕਾਰਵਾਈ ਕਰ ਰਹੇ ਹੋ? ਕਤਲ ਦਾ ਪਰਚਾ ਦਰਜ ਕਰਕੇ ਤਫਤੀਸ਼ ਕਰ ਰਹੇ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਤਲ ਕਰਕੇ ਫਰਾਰ ਹੋਏ ਮੁਲਜ਼ਮ ਨੂੰ ਕਿੰਨੀ ਜਲਦੀ ਕਾਬੂ ਕਰਦੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਹਕੀਕਤ ਟੀਵੀ ਪੰਜਾਬੀ ਲਈ ਗਿੱਦੜਬਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ।